ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਪਹੁੰਚੇ ਸੀ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ। ਤਾਂ ਮੁਲਾਕਾਤ ਕਰਕੇ ਆਏ ਨੇ, ਤਸਵੀਰ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੋ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਰਿਵਾਰ ਨਾਲ ਗੱਲਬਾਤ ਕੀਤੀ ਹੈ, ਦੁੱਖ ਸਾਂਝਾ ਕੀਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਪਹੁੰਚੇ ਸੀ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ। ਤਾਂ ਮੁਲਾਕਾਤ ਕਰਕੇ ਆਏ ਨੇ, ਤਸਵੀਰ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਜੋ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਰਿਵਾਰ ਨਾਲ ਗੱਲਬਾਤ ਕੀਤੀ ਹੈ, ਦੁੱਖ ਸਾਂਝਾ ਕੀਤਾ। ਤਸਵੀਰ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਥੇਦਾਰ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਥੇਦਾਰ ਸਾਹਿਬ ਜੀ ਕੁਛ ਕੁਛ ਕਮੈਂਟ ਸਰ ਕੁਛ ਕਹਿਣਾ ਚਾਹੋਗੇ? ਜਥੇਦਾਰ ਸਾਹਿਬ ਜੈਸਾ ਗਿਆਨੀ ਹਰਪ੍ਰੀਤ ਸਿੰਘ ਜੀ ਮੁਲਾਕਾਤ ਕਰਕੇ ਆਏ ਨੇ ਪਰਿਵਾਰ ਦੇ ਨਾਲ, ਪਰ ਹਜੇ ਕੁਛ ਨਹੀਂ ਬੋਲਿਆ ਉਹਨਾਂ ਨੇ, ਤਾਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਦੁੱਖ ਜ਼ਾਹਰ ਕੀਤਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹੈਗੇ, ਤਾਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਤਾਂ ਗੱਲਬਾਤ ਕਰਕੇ ਪਰਿਵਾਰ ਦੇ ਨਾਲ ਹੁਣ ਜਾ ਰਹੇ ਨੇ। ਤੁਸੀਂ ਤਸਵੀਰ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜੋ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ, ਹੋਰ ਵੀ IGPC ਮੈਂਬਰ ਆਏ ਹੋਏ ਸੀ, ਸਹਿਯੋਗੀ ਆਏ ਹੋਏ ਸੀ, ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਜੈਡ ਸਿਕਿਉਰਿਟੀ ਵੀ ਉਹਨਾਂ ਦੀ ਉਹਨਾਂ ਦੇ ਨਾਲ ਹੈ, ਤਾਂ ਸਾਰੇ ਹੀ ਮੈਂਬਰ ਪ੍ਰਧਾਨ ਇੱਥੇ ਪਹੁੰਚਣ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਜੋ ਕਿ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਅਤੇ ਹੁਣ ਅੱਗੇ ਵੱਲ ਨੂੰ ਰਵਾਨਾ ਹੈ, ਕਿਉਂਕਿ ਪਰਿਵਾਰ ਨੇ ਇੱਕ ਬੇਨਤੀ ਵੀ ਕੀਤੀ ਸੀ IGPC ਨੂੰ ਕਿ ਲੰਗਰ ਦੀ ਸੇਵਾ ਜਿਹੜੀ ਨਿਭਾਈ ਜਾਵੇ। ਤਾਂ ਪਰਿਵਾਰ ਨੇ ਕਿਹਾ ਰਾਸ਼ੀ ਜਿਹੜੀ ਹੈ ਪਰਿਵਾਰ ਦੇਗਾ ਪਰ ਤੁਸੀਂ ਸੇਵਾ ਜ਼ਰੂਰ ਨਿਭਾਇਓ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਜੋ ਕਿ ਮੁਲਾਕਾਤ ਕਰਕੇ ਆਏ ਨੇ ਪਰਿਵਾਰ ਦੇ ਨਾਲ, ਤਾਂ ਅੱਗੇ ਵੱਲ ਨੂੰ ਵਧਣਗੇ। ਤਸਵੀਰ ਤੁਸੀਂ ਦੇਖ ਸਕਦੇ ਹੋ ਗੱਲਬਾਤ ਦੀ ਕੋਸ਼ਿਸ਼ ਕਰਨ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਪਾਈ। ਤਾਂ ਉਹਨਾਂ ਦਾ ਇਹੀ ਕਹਿਣਾ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ, ਦੁੱਖ ਸਾਂਝਾ ਕੀਤਾ, ਦੁੱਖ ਦੀ ਘੜੀ ਹੈ, ਤਾਂ ਗੱਲਬਾਤ ਕਰਕੇ ਬਾਹਰ ਆਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ, ਦੁੱਖ ਸਾਂਝਾ ਕੀਤਾ। ਕੁਝ ਸਮੇਂ ਤੱਕ ਰਾਹੁਲ ਗਾਂਧੀ ਵੀ ਜਿਹੜੇ ਪਹੁੰਚਣ ਵਾਲੇ ਨੇ ਮੋਹਾਲੀ ਤੋਂ ਰਵਾਨਾ ਹੋ ਚੁੱਕੇ ਨੇ, ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਆਏ ਨੇ। ਤਸਵੀਰਾਂ ਜਿਹੜੀਆਂ ਸਿੱਧੂ ਦੀ ਹਵੇਲੀ ਤੋਂ ਦਿਖਾ ਰਿਹਾ, ਹਵੇਲੀ ਦੇ ਬਾਹਰ ਤੋਂ ਦਿਖਾ ਰਿਹਾ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ, ਗੱਲਬਾਤ ਕੀਤੀ ਹੈ ਅਤੇ ਹਜੇ ਕੋਈ ਗੱਲਬਾਤ ਨਹੀਂ ਕੀਤੀ ਗਈ, ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ, ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਏ ਨੇ, ਦੁੱਖ ਜ਼ਾਹਰ ਕਰਕੇ ਆਏ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਮੂਸਾ ਪਿੰਡ ਮੂਸੇ ਵਾਲੇ ਦੀ ਹਵੇਲੀ ਤੋਂ ਬਾਹਰ, ਸਿੱਧੂ ਮੂਸੇ ਵਾਲੇ ਦੀ ਹਵੇਲੀ ਤੋਂ ਬਾਹਰ ਜਿਹੜੀਆਂ ਤਸਵੀਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਰਵਾਨਾ ਹੋ ਰਹੇ ਨੇ, ਵਾਪਿਸ ਜਾ ਰਹੇ ਨੇ। ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ, ਜੈਡ ਸਿਕਿਉਰਿਟੀ ਉਹਨਾਂ ਦੀ ਉਹਨਾਂ ਨਾਲ ਹੈ, ਇੱਕ ਪਾਇਲਟ ਗੱਡੀ ਉਹਨਾਂ ਦੇ ਨਾਲ, ਸਿਕਿਉਰਿਟੀ ਪੂਰੀ ਤੈਨਾਤ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਇਲਟ ਗੱਡੀ ਦੇ ਵਿੱਚ ਵੀ ਜਿਹੜੇ ਜਵਾਨ ਨੇ ਮੌਜੂਦ ਨੇ, IGPC ਦੇ ਪ੍ਰਧਾਨ ਵੀ ਕਈ ਆਏ ਨੇ ਨਾਲ, ਮੈਂਬਰ ਵੀ ਕਈ ਆਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਜਾ ਰਹੇ ਨੇ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗਿਆਨੀ ਹਰਪ੍ਰੀਤ ਸਿੰਘ ਜੀ ਪਰਿਵਾਰ ਨਾਲ ਮੁਲਾਕਾਤ ਕਰਕੇ ਆਏ ਨੇ, ਤਾਂ ਦੁੱਖ ਜ਼ਾਹਰ ਕਰਕੇ ਆਏ ਨੇ, ਬੇਨਤੀ ਵੀ ਕੀਤੀ ਹੋਈ ਹੈ ਲੰਗਰ ਦੀ, ਕਿਉਂਕਿ ਲੰਗਰ ਦੀ ਸੇਵਾ ਨਿਭਾਈ ਜਾਣੀ ਹੈ IGPC ਵੱਲੋਂ, ਕਿਉਂਕਿ ਕੱਲ ਸਿੱਧੂ ਦਾ ਭੋਗ ਹੈ। ਤਾਂ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ IGPC ਦੇ ਮੈਂਬਰ ਵੀ ਪਹੁੰਚੇ ਸੀ, ਜਿਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੁਲਾਕਾਤ ਕਰਕੇ ਨੇ ਪਰਿਵਾਰ ਦੇ ਨਾਲ, ਦੁੱਖ ਸਾਂਝਾ ਕੀਤਾ ਗਿਆ। ਤਸਵੀਰਾਂ ਹਰ ਇੱਕ ਪਲ ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰਾ ਸਹਿਯੋਗ ਦੇ ਸੀ ਅਮਨਦੀਪ, ਧੰਨਵਾਦ।